Hey there. Subscribe to my channel. And also press this bell icon. So you never miss any new updates, cause whenever we upload new video you will get a notification on your phone. लुधियाना में उस समय बड़ा हादसा टल गया जब एक निजी स्कूल जीआरडी एकेडमी की बस बच्चों को स्कूल से घर छोड़ते वक्त स्वरूप नगर सलेम टाबरी रोड पर बिजली की तारों की चपेट में आ गई, जिससे बस में आग लग गई। हालांकि गनीमत यह रहा कि बस में मौजूद करीब दर्जनों बच्चों को सुरक्षित बस से बाहर निकाल लिया गया है और सभी बच्चे सुरक्षित हैं। फिलहाल आग को बुझा दिया गया है। मौके पर पुलिस जांच कर रही है। हादसे में बस बुरी तरह जलकर खाक हो गई। एक बहुत बड़ा हादसा होया जी। हाँ जी, ठीक है जी। अज दोपहरे बहुत बड़ा हादसा होया। सामने बस आ रही थी स्कूल की, तारा नीवियां सी। बिजली महकमे वालों ने चार बार कंप्लेट की, एप्लीकेशन भी दे के आया, पर साड़ी कोई सुनवाई नहीं हैगी। वो कहते जी एस डी ओ साहब मिले जी, वो कहते आ नहीं होना जी, साढ़े को आ काम नहीं होना। उन्होंने अपने बंदे भेजन तो बाद कहते जी असी लकड़ की फटियां पा देने, पर असी नहीं पाइया जी फटियां। असं उन्होंने कहा तारा उच्चिया करके जाओ। वो कहते जी आ काम हजे नहीं होना, एक दो घंटे बाद होना। एक दो घंटे तो बाद उन्होंने दुर जाने के दौरान सिर्फ 5 मिनट बाद अग लग गई जी गड्डी नूं, ते गड्डी विच 5-6 बच्चे भी सुरक्षित बाहर कढ लए जी। जी आर डी अकैडमी स्कूल की बस है। जो ये बच्चे कटे गए, ड्राइवर ਡਰਾਈਵਰ ਹੈਗਾ ਸੀ ਜੀ ਮੌਕੇ ਤੇ, ਉਹਨੇ ਵੀ ਕੋਸ਼ਿਸ਼ ਕੀਤੀ ਹੈ, ਮਤਲਬ ਸਹੀ ਡਰਾਈਵਰ ਨੇ ਆਪਣੇ ਬਚਾਉਣ ਦੀ, ਸਾਰਿਆਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਬੱਚੇ ਬਚਾਓ ਗਏ? ਹਾਂਜੀ ਹਾਂਜੀ, ਬੱਚਿਆਂ ਬਚਾਓ ਗਏ, 5-6 ਬੱਚੇ ਸੀਗੇ। 6 ਬੱਚੇ ਠੀਕ ਹੈ ਜੀ। ਅੱਜ ਕੀ ਨੰਬਰ ਤੇ? ਰਿੰਕੂ ਭਾਜੀ ਭਾਈ ਸਵੇਰੇ ਬਿਜਲੀ ਦਫ਼ਤਰ ਗਏ, ਕੱਲ ਭਾਈ ਐਪਲੀਕੇਸ਼ਨ ਦਿੱਤੀ, ਕੱਲ ਵੀ ਦਿੱਤੀ ਆ, ਫੋਨ ਵੀ ਕਰ ਰਹੇ ਹਾਂ, ਜੀਓ ਸਾਹਿਬ ਨੂੰ ਮਿਲ ਰਹੇ ਹਾਂ। ਉਹ ਕਹਿੰਦਾ ਮੈਂ ਸਵੇਰੇ ਬੰਦਾ ਭੇਜਦਾ। ਭਾਈ ਕੱਲ ਬੰਦੇ ਆਏ ਆ ਚੈਕਿੰਗ ਕਰਕੇ ਚਲੇ ਗਏ ਆ, ਅੱਜ ਬੰਦੇ ਆਏ ਆ, ਠੀਕ ਆ ਜੀ। ਉਹ ਚੈਕਿੰਗ ਕਰਕੇ ਉਸ ਤੋਂ ਬਾਅਦ ਸਾਰਾ ਬਾਇਓਡਾਟਾ ਕੱਢ ਕੇ ਕਹਿੰਦੇ ਜੀ ਅਸੀਂ 1/2 ਘੰਟੇ 'ਚ ਭੇਜਦੇ ਹਾਂ, ਘੰਟੇ ਬਾਅਦ ਭੇਜਦੇ ਹਾਂ। ਆ 4 ਘੰਟੇ ਹੋ ਗਏ ਭਾਈ, ਹਾਲੇ ਤੱਕ ਕੋਈ ਆਇਆ ਨਹੀਂ ਇੱਥੇ। ਕਹਿੰਦੇ ਤਾਰ ਪਾ ਦਿੰਦੇ, ਤਾਰ ਚੱਕ ਲੈ। ਇਹ ਤਾਂ ਬੰਦੇ ਦਾ ਭਾਈ ਦੇਖੋ, ਹੁਣ ਇਸ ਗਲਤੀ ਦੇ ਕਾਰਨ ਭਾਈ ਦਾ ਮੋਟਰਸਾਈਕਲ ਸੜ ਗਿਆ, ਗੱਡੀ ਸੜ ਗਈ। ਹਾਂ ਜੀ ਭਾਜੀ, ਭਾਜੀ ਮੈਂ ਇੱਥੇ ਨਹੀਂ ਹੈਗਾ, ਮੈਂ ਐਕਚੁਅਲੀ ਕੰਮ 'ਤੇ ਗਿਆ ਹੋਇਆ, ਕੰਮ ਕਰਨ ਗਏ ਸੀ, ਸਰਵਿਸ ਕਰਨ ਗਿਆ ਜੀ। ਸੜ ਗਿਆ ਜੀ, ਪੂਰਾ ਸੜ ਗਿਆ ਨਹੀਂ ਮੌਕੇ 'ਤੇ। ਭਾਜੀ ਜਦੋਂ ਬੱਚਾ ਹੋਈ ਗੱਡੀ ਹਾਦਸਾ ਹੋਇਆ ਵਾ, ਸਾਰੇ ਜਿਹੜੇ 5-6 ਮੁੰਡੇ ਸੀਗੇ ਸਾਰਿਆਂ ਨੇ ਬੱਚੇ ਬਾਹਰ ਕੱਢ ਕੇ ਨਾਲ ਦੇ ਘਰੇ ਬਿਠਾਏ ਆ ਸਾਡੇ। ਉਹ ਤਾਂ ਭਾਈ ਬਾਅਦ 'ਚ ਆਈ ਆ, ਥੋੜ੍ਹੀ ਦੇਰ ਫੋਨ ਕੀਤਾ ਵਾ, ਫਿਰ ਨਾਲ ਹੀ ਆ ਗਈ ਸੀ। ਉਹਦਾ ਭਾਈ ਉਹਨਾਂ ਵੱਲੋਂ ਕੋਈ ਜ਼ਿੰਮੇਵਾਰੀ ਨਹੀਂ ਸਾਡੀ ਹੈਗੀ। ਉਹ ਜਿਹੜਾ ਟਾਈਮ ਤੋਂ ਟਾਈਮ ਆ ਰਹੇ ਆ, ਪਰ ਮੇਨ ਮੁੱਦਾ ਇਹੀ ਆ, ਬਿਜਲੀ ਵਾਲੇ ਕਿਉਂ ਨਹੀਂ ਆ ਰਹੇ? ਡਰਾਈਵਰ ਦੀ ਆ, ਅਗਲੇ ਜਿਹੜੇ 4-5 ਬੰਦੇ ਗੁੱਸਾ ਉੱਤੇ ਨਿਕਲ ਜਾਣਾ। ਛੇ ਬੰਦੇ ਸੀਗੇ, ਸਾਰੇ ਸੇਫ ਆ ਜੀ, ਸਾਰੇ ਓਕੇ ਆ। ਬੱਚੇ ਸਾਰੇ ਸੇਫ ਆ, ਬੱਚੇ ਜਿਹੜੇ ਵਿੱਚ ਸੀਗੇ ਉਹਨਾਂ ਨਾਲ ਵੀ ਗੱਲ ਹੋਈ ਆ ਵੀ ਅਸੀਂ ਟਾਈਮ ਨਾਲ ਜਿਹੜੇ ਆ ਬਾਹਰ ਨਿਕਲ ਗਏ ਸੀ, ਲੋਕਾਂ ਨੇ ਕਾਫੀ ਹੈਲਪ ਕੀਤੀ ਆਲੇ ਦੁਆਲੇ ਵਾਲਿਆਂ ਨੇ, ਤੇ ਇੱਥੇ ਆ ਕੇ ਵੇਖਿਆ ਬੱਸ ਸੜੀ ਹੋਈ ਆ ਤੇ ਨਾਲ ਇੱਕ ਮੋਟਰਸਾਈਕਲ ਸੜਿਆ। ਸਾਰੇ ਕਿੰਨੇ ਕੁ ਬੱਚੇ ਸੀ, ਕਿਹਦੀ ਲਾਪਰਵਾਹੀ ਸਾਹਮਣੇ ਆਈ ਆ? ਇਹਦੇ ਬਾਰੇ ਤਾਂ ਜੀ ਇਨਵੈਸਟੀਗੇਟ ਕਰਕੇ ਦੱਸ ਪਾਵਾਂਗੇ ਲਾਪਰਵਾਹੀ ਬਾਰੇ, ਬਾਕੀ ਉਹ ਡਰਾਈਵਰ ਹੈ ਨਹੀਂ ਮੌਕੇ ਤੇ, ਉਹਦੇ ਨਾਲ ਗੱਲ ਕਰਦੇ ਹਾਂ ਉਸ ਤੋਂ ਬਾਅਦ ਹੀ ਤੁਹਾਨੂੰ। ਕਿੰਨੇ ਕੁ ਬੱਚੇ ਸੀ ਸਰ? ਜੋ ਬੱਚਿਆਂ ਨੇ ਦੱਸਿਆ ਕਹਿੰਦੇ 5 ਬੱਚੇ ਸੀ।